कह पिंगल पर्वत। तुमरी शरण ही
ਗੁਰੂ ਪਿਆਰੀ ਸਾਧ ਸੰਗਤ ਜੀ ਖਿਆਲ ਬਾਹਰ ਜਾਣ ਤੋਂ ਰੋਕਣ ਦਾ ਯਤਨ ਕਰੀਏ ਚਿੱਤ ਵਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਸੰਧਿਆ ਵੇਲਾ ਜਦੋਂ ਦਿਨ ਅਤੇ ਰਾਤ ਦਾ ਇਹ ਸੰਧ ਹੈ ਦਿਨ ਛਿਪਿਆ ਹੈ ਰਾਤ ਦੀ ਸ਼ੁਰੂਆਤ ਹੋਈ ਹੈ ਐਸੇ ਸਮੇਂ ਤੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਉਣਾ ਸਤਸੰਗ ਦਾ ਲਾਹਾ ਲੈਣਾ ਇਹ ਸਾਡੇ ਵਾਸਤੇ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਕਿਉਂਕਿ ਬਿਨ ਭਾਗਾਂ ਸਤਸੰਗ ਨਾ ਲੱਭੇ ਬਿਨਾਂ ਭਾਗਾਂ ਤੋਂ ਜਦੋਂ ਤੱਕ ਸੰਚਿਤ ਕਰਮ ਫਲ ਦੇਣ ਵਾਸਤੇ ਤਿਆਰ ਨਾ ਹੋਣ ਕੋਈ ਵੀ ਸਤਸੰਗ ਦੇ ਵਿੱਚ ਨਹੀਂ ਪਹੁੰਚ ਸਕਦਾ ਇਹ ਤਾਂ ਕੋਈ ਪੂਰਬਲੇ ਸ਼ੁਭ ਕਰਮ ਸੰਚਿਤ ਕਰਮ ਫਲ ਦੇਣ ਵਾਸਤੇ ਤਿਆਰ ਹੋਣ ਫਿਰ ਸਤਸੰਗ ਮਿਲਦਾ ਹੈ ਵਡਭਾਗੀ ਸਾਧ ਸੰਗਤ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਜੋ ਨਿਰੰਤਰ ਪਿਛਲੇ ਅੱਠ ਦਿਨਾਂ ਤੋਂ ਸਤਸੰਗ ਦਾ ਆਨੰਦ ਮਾਣ ਰਹੇ ਹਨ ਉਹਦੇ ਵਿੱਚ ਆਪਾਂ ਇੱਕ ਵਿਚਾਰ ਕੀਤੀ ਸੀ ਸ਼ੁਰੂ ਕੀਤੀ ਸੀ ਕਿ ਕਿਵੇਂ ਸਤਸੰਗ ਮਿਲਦੀ ਹੈ ਪਹਿਲੀ ਮੰਜ਼ਲੇ ਤਲਾਸ਼ ਹੈ ਉਹਦੇ ਵਿੱਚ ਅਸੀਂ ਇਹ ਲੱਭਦੇ ਹਾਂ ਕਿ ਮਿਲੇ ਫਿਰ ਜਦੋਂ ਇਹ ਮਿਲਦੀ ਹੈ ਫਿਰ ਗੁਰੂ ਤੋਂ ਮੰਤਰ ਮਿਲਦਾ ਹੈ ਗੁਰੂ ਵਾਲਾ ਬਣਦਾ ਹੈ
फिर उहदी किवें कमाई करनी है, उहदी जुगत मिलदी है, पेपर पैंदे हन समें समें ते। रूहानी तरक्की दा ये प्रतीक है, जिवें मंजिल दर मंजिल आम परा विद्या है जां अपरा विद्या है, ये दो चलदियां हन। दुनियावी विद्या दे नाल रूहानी विद्या भी है। दुनियावी विद्या दी कंडीशन्स हन जिन्हां दे विच ये हुंदा कि इन्ने परसेंट मार्क्स लैके पास हो जाईदा है, पर जिहड़ी परा विद्या है रूहानी विद्या है उस दे विच सेंट परसेंट जिहड़े मार्क्स हन नंबर हन वह लैने पैंदे हन। जिवें कि रूहानीयत दे विच आप विचार कीती सी कि जिवें पृथ्वी पत हरिचंद राजा, तीन पृथ्वी पत हरिचंद राजा कागद कीम ना पाई, क्योंकि वो ऐसी अवस्था प्राप्त होगी सतवादी, पेपर पास कीते कसवटियां चो पास होके कि वह कागजां दे उत्ते भी उहदी कीमत लिखी नहीं गई, क्योंकि साई नाम अमोल कीम ना कोई जान दो। इस तरह के नाल गुरु घर के विच भी कसवटी लगती है, जिवें भाई मंझ ते अज कसवटी लगी है, घर तो बेघर हो गया है, सारा कुछ जो सी माल डंगर फसल सब बर्बाद हो गई है। ते ऐसे समय ते क्योंकि गुरु की जड़ी कसवटी है वो लगी है, तो सारा आला दुआला ऐसा वातावरण बन चुका है कि बहुत बड़ी सामने मुश्किल है। हुण ऐसे समय ते मुश्किल तो होंदी ही है, क्योंकि कसवटी ऐसी है, पर जिहड़ा मर्जी वड़ाए पंज तरह की सिखी है, एक देखा देखी दी है, एक भेख दी है, एक हिरस दी है कि काम कार मेरे होण, ये तो नहीं निभदी। तीन तरह की जिहड़ी अगली है चौथी ते पंजवीं अवस्था मर जीवड़ियां दी सिद्धवान दी, ओ सिखी निभदी है, उहदे विच इस तरह दे नाल पास हुंदे हन। पास हुंदे जी मर जीवड़े मर जीवड़े पास हुंदे मर जीवड़े हुंदे ओ मर जीवड़े लगदी है राम कसौटी ते मर जीवड़े दी है राम कसौटी
ਘਰ ਛੱਡ ਕੇ ਚੱਲ ਪੈਂਦੇ ਹਨ। ਆਲਾ ਦੁਆਲਾ ਸਾਰਾ ਭਾਈਚਾਰਾ ਹੁਣ ਦੁਸ਼ਮਣ ਬਣ ਚੁੱਕਿਆ ਹੈ। ਨਗਰ ਤੋਂ ਚਲੇ ਜਾਂਦੇ ਹਨ, ਬਾਹਰ ਜਾ ਕੇ ਝੌਂਪੜੀ ਪਾ ਲਈ, ਗੁਜ਼ਾਰਾ ਕੀ ਕਰਦੇ ਹਨ। ਕਿੱਥੇ ਕੱਲ ਦੇ ਚੌਧਰੀ ਸਰਦਾਰ, ਅੱਜ ਐਸੀ ਹਾਲਾਤ ਹੈ ਕਿ ਘਾਹ ਖੋਦ ਕੇ ਗੁਜ਼ਾਰਾ ਹੁੰਦਾ ਹੈ। ਹੋਰ ਪੇਪਰ ਪੈ ਗਿਆ ਉੱਪਰੋਂ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਪਾਤਸ਼ਾਹ ਜੀ ਨੇ ਮੇਵੜਾ ਭੇਜਿਆ, ਹੁਕਮ ਭੇਜ ਦਿੱਤਾ ਅਤੇ ਕਿਹਾ ਕਿ ਇਹ ਜਿਹੜਾ ਹੁਕਮਨਾਮਾ ਹੈ ਤਾਂ ਦੇਣਾ ਹੈ ਜੇ ਪਹਿਲਾਂ ਇਸ ਦੀ ਭੇਟਾ ਉਸ ਸਮੇਂ ਦਾ 20 ਰੁਪਏ, ਅੱਜ ਦਾ ਤਾਂ 1000 ਰੁਪਇਆ ਹੈ, ਉਹ ਦੇਵੇ। ਹੁਣ ਦੇਵੇ ਕਿੱਥੋਂ? ਰਾਤ ਲੰਘੀ, ਉਸ ਜਿਹੜਾ ਗੁਰੂ ਦਾ ਆਇਆ ਸੀ ਸੁਨੇਹਾ ਲੈ ਕੇ, ਹੁਕਮਨਾਮਾ ਲੈ ਕੇ, ਉਸ ਨੇ ਵੀ ਵੇਖਿਆ ਕਿ ਐਸੀ ਹਾਲਾਤ ਹੈ, ਇਹ ਕਿੱਥੋਂ ਇਹ ਭੇਟਾ ਦੇਣਗੇ। ਰਾਤ ਇਸੇ ਗੱਲ 'ਚ ਲੰਘ ਗਈ ਸਾਰੀ ਰਾਤ। ਹੁਣ ਬੜੀਆਂ ਵਿਚਾਰਾਂ ਚੱਲੀਆਂ, ਬਹੁਤ ਸਤਿਕਾਰ ਕੀਤਾ, ਜਿਹਾ ਜਿਹਾ ਰੁੱਖਾ ਮੇਸਾ ਤਿਆਰ ਕੀਤਾ, ਛਕਾਇਆ ਛਕਾਇਆ ਸਾਰੀ ਰਾਤ। ਉਹੀ ਵਿਚਾਰ ਚੱਲਦੀ ਰਹੀ ਬਾਰ ਬਾਰ ਗੁਰੂ ਦੇ ਪਿਆਰ ਦੀ, ਪਿਆਰ ਦੀਆਂ ਕਥਾ ਕਹਾਣੀਆਂ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਪਿਆਰ 'ਚ ਪਤਾ ਹੀ ਨਾ ਲੱਗਿਆ ਕਿ ਰਾਤ ਲੰਘ ਗਈ, ਅੰਮ੍ਰਿਤ ਵੇਲਾ ਹੋਇਆ। ਨੇਮ ਅਨੁਸਾਰ ਜਿਵੇਂ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਬੈਠੇ ਧਿਆਨ 'ਚ ਸਫਾਈ ਸਨ, ਭੂਮ ਆਸਣ ਸਨ, ਉਸੇ ਦੇ ਵਿੱਚ ਹੀ ਬੈਠ ਕੇ ਧਿਆਨ 'ਚ ਗੁਰੂ ਦੇ ਪਿਆਰ ਵਿੱਚ ਨੇਮ ਨਿਭਾਇਆ। ਉਪਰੰਤ ਦਿਨ ਚੜ੍ਹਿਆ, ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਫਿਰ ਇਹ ਪੁੱਛਿਆ ਕਿ ਆਪ ਜੀ ਦੱਸੋ ਕੀ ਹੁਕਮ ਹੈ। ਕਹਿੰਦੇ ਗੁਰੂ ਦਾ ਹੁਕਮ ਹੈ 20 ਰੁਪਏ ਲੈਣੇ ਹਨ, ਇਸ ਹੁਕਮਨਾਮੇ ਦੀ ਦਰਸ਼ਨੀ ਭੇਟਾ ਹੈ, ਫਿਰ ਇਹ ਹੁਕਮ ਦੇਣਾ ਹੈ, ਸੁਣਾਉਣਾ ਹੈ। ਹੁਣ 20 ਰੁਪਏ ਕਿੱਥੋਂ ਦੇਣ? ਸਿਦਕਵਾਨ ਸਨ, ਮਰਜੀਵੜੇ ਸਨ ਬੀਬੀ ਜੀ, ਕਹਿਣ ਲੱਗੇ ਕਿ ਹੁਣ ਜਿੱਥੇ ਆਪਾਂ ਇੰਨਾ ਕੀਤਾ ਹੈ, ਹੁਣ ਇਸ ਦੇ ਉੱਤੇ ਵੀ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ। ਤੁਸੀਂ ਸਾਨੂੰ, ਸਾਡੀ ਜਿਹੜੀ ਲੇਬਰ ਹੈ, ਜਿਵੇਂ ਬੌਂਡਡ ਲੇਬਰ ਹੁੰਦੀ ਹੈ, ਇਹ ਕਰ ਦਿਓ ਅਤੇ ਇਹਦੀ ਭੇਟਾ ਜ਼ਰੂਰ ਦਿਓ। ਅਤੇ ਜਦੋਂ ਇਸ ਤਰ੍ਹਾਂ ਦੇ ਨਾਲ ਕਿਹਾ
उस समय भले पुरुष भी सन जिन्हों तो ये 20 रुपए दिते मां धी की लेबर पौंड डिलेवर कर ली कि घर का काम करे। तो जो हुक्मनामा खोलिया पत्र उस दे विच लिखा सी कि भाई मंज हुण तुसी श्री अमृतसर वल नू आ जावो, इत्थे आ के सेवा करो। मन दे विच खुशी है कि गुरु ने याद कीता है, क्योंकि ये जिहड़ा है गुरु की आग्या आग्या सामने साहिब सेवा, बड़ी खुशी हुई, बहुत ही खुशी हुई। लख खुशियां किन्नी खुशियां हो जांदियां हन, लख खुशियां पातशाहियां जे सतगुर नदर करे। निमख एक हर नाम दे मेरा मन तन शीतल होए कि हुण सतगुर दे दर ते जाना है, पिछे दा तां फिक्र ही नहीं रहा। ते अगे नो अगाह कुतरांग पिछा फेर न मोडड़ा, ऐसा है यह सिदक साबर सिदक शहीद भरम पौ खोवना। गोला मुल कारे जोबना, ऐसा होया करता है, ऐसिया अरदासा ये कर रहे हैं। नानक कर दे गोले सत गुर रख लो, नानक कर के गोले गुर रख लो जी। नानक घर के गोले सतगुर, नानक घर के गोले सतगुर रख लो जी। गोले बाकी जड़े सन मित्र ओ भी पासा वट गए, होर भी रिश्तेदार नाते रिश्ते सारे भैणा भाई कोई भी इन्हां दी वल वेखदा तक नहीं है। ऐसे समय ते
ਜਦੋਂ ਐਸੀ ਮੁਸ਼ਕਲ ਹੋਵੇ ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੀ ਭੱਜ ਖੜੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚੇਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਧਰਤੀ ਪਾਓ। ਐਸੇ ਸਮਾਂ ਕਿਹੋ ਜਿਹਾ ਹੋਣਾ ਜਦੋਂ ਐਸੀ ਹਾਲਾਤ ਹੈ, ਟੋਈ ਕੋਈ ਦੇਵੇ ਨਾ ਲਾਗੂ ਸਭ ਦੁਸ਼ਮਣ ਬਣ ਗਏ, ਟੋਈ ਕੋਈ ਦੇਵੇ ਨਾ ਮੁਸ਼ਕਲ ਹੁਣ ਬਹੁਤੀ ਬਣ ਗਈ। ਦੁਸ਼ਮਣ ਬਣ ਚੁੱਕੇ ਹਨ, ਭੈਣਾਂ ਤੇ ਪਾਈ ਅੱਗੂ ਸਭ ਦੁਸ਼ਮਣ ਤੇ ਪਾਈ ਲਾਗੂ ਸਭ ਦੁਸ਼ਮਣ। Thank you.
दुश्मन बन चुके हैं सारे आसरे गुरु ने बुलाए गुरु घर वाल नू चाले पाए और सतगुरु वाल नू चलदे हन याद है उसकी ओदा प्यार है चित आवे उस पार ब्रह्म लगे गिरद हमारे राम कार दुख ओ पूरा पेटिया जिन भणत बनाई राम नाम औखद किया एकाल बलाई राख लिए तिन हार सब ब्याद बटाई कह मान केर पाप प्रभ ते सहा
इको ही आसरा सतगुरु जी का ओट आसरा लेके चल पेंदे हन। ऐसी ए जड़ी अरदास है कि पातशाह राखो राखन हार दयाला नानक करके गोले। इस घर का सेवक गुलाम गोला ए मंग रखी है, हुण ए कोई सौखी है पूरी होनी? गुलाम बन जाना, अपनी सारी मत छड़ देनी, मन की मत त्यागो हरजन, बात कठिन, बड़ी कठिन बात है। ते इस तरह इस घर का एक गुलाम बहुत ऊंचा एक रुतबा है, औदा है, ते किन्ना उस सुभागा हुंदा जिहड़ा इस तरह दे नाल बनदा है। लाला गोला लाला गोला लाला गोला दी अपने साहेब तन गोला दी साहेब तन लाला गोला जी लाला गोला गुलाम लाला गोला मेरा नौ सुभागा वो गुर की बचनी हाथ बताना जितलाया तितरा गुरु दे बचन ते सब परिवार चढ़ाया बेड़े कि ना औखा है एह बात हमें हुण गुरु दे दर ते आ गए गुरु जी ने सेवा बख्शिश कर दिती गुरु घर दे लंगरां दी सेवा दे विच जो बालन लकड़ दी सेवा लियाउण दी सेवा आप जी नूं बख्शिश होई क्योंकि लंगर तपदा है तपा से तप सार है। उस दिन तो दिन रात आप जी ने एक कर दिता इको लगन लगी ली जांदी तोर अनंत जिन्ना दी बसलो रे मकाम ना कोई चाल पे नित रेंदे एस नु कहा मरीत
ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਗੋਲਾ ਮੁੱਲ ਖਰੀਦ ਕਾਰੇ ਜੋਵਣਾ ਐਸਾ ਹੁੰਦਾ ਹੈ ਦੇਖ ਲੋ ਚਾਕਰ ਲੱਗੇ ਚਾਕਰੀ ਨਾਲੇ ਗਾਰਵ ਵਾਦ ਗੱਲਾਂ ਕਰੇ ਕਨੇਰੀਆਂ ਤਾਂ ਦੇਖਦੇ ਆ ਗੱਲਾਂ ਵਾਲੀ ਦੁਨੀਆ ਬਹੁਤੀ ਚਾਕਰ ਕੋਈ ਕੋਈ ਵਾਲੀ ਦੁਨੀਆ ਬਹੁਤੀ ਚਾਕਰ ਕੋਈ ਕੋਈ ਵਾਲੀ ਪੋਤੀ ਚਾਕਰ ਕੋਈ ਕੋਈ ਕੱਲਾ ਵਾਲੀ ਚਾਕਰ ਕੋਈ ਕੋਈ ਕੋਈ
चाकर कोई कोई चाकर कोई 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 चाकर कोई गल्ला वाली दुनिया पोती चाकर कोई वाली दुनिया पोती चाकर कोई कोई चाकर लगे चाकरी नाले कारे वो कला करे करे आप गवाए सेवा करे नानक जिसनो लगा तिसमले लगा सो परवान ਤਰ੍ਹਾਂ ਦੇ ਨਾਲ ਸੇਵਾ ਦੇ ਵਿੱਚ ਆਪ ਜੀ ਲੱਗ ਜਾਂਦੇ ਹਨ ਆਪ ਗਵਾਏ ਸੇਵਾ ਕਰੇ ਇੰਨਾ ਕੁਝ ਗਵਾ ਕੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰਕਸ਼ ਨ ਜਨਾਵੇ ਹਰ ਹਰ ਨਾਮ ਹਿਰਦੇ ਸਦ ਗਾਵੇ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਇਹ ਹੈ ਫਿਰ ਪ੍ਰਾਪਤੀ ਨਿਸ਼ਕਾਮ ਸੇਵਾ ਆਪ ਜੀ ਕਰਦੇ ਹਨ ਇਸ ਤੋਂ ਅੱਗੇ ਦੀ ਵਿਚਾਰ ਆਪਾਂ ਜਿਹੜਾ ਕੱਲ੍ਹ ਦਾ ਇੱਥੇ ਰੱਖੇ ਗਏ ਸਤਸੰਗ ਹਨ ਉਸ ਦਾ ਆਖਰੀ ਸਤਸੰਗ ਹੈ ਉਹਦੇ ਵਿੱਚ ਪੂਰੀ ਕਰਨ ਦਾ ਯਤਨ ਕਰਾਂਗੇ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਇੰਨਾ ਪਿਆਰ ਦਾ ਸਬੂਤ ਦਿੰਦੇ ਹੋ ਰੋਜ਼ ਹੀ ਆਪਾਂ ਇਹ ਵਿਚਾਰਾਂ ਦੇ ਵਿੱਚ ਸ਼ਮੂਲੀਅਤ ਕਰਦੇ ਹਾਂ ਸਤਿਗੁਰ ਕਿਰਪਾ ਕਰਨ ਜਿੱਥੇ ਇਹ ਸਾਡੇ ਵਾਸਤੇ ਚਾਨਣ ਮਨਾਰੇ ਦਾ ਕੰਮ ਇਹ ਕਰਦਾ ਹੈ ਐਸੀਆਂ ਕਥਾ ਕਹਾਣੀਆਂ ਐਸਾ ਸਤਸੰਗ ਉੱਥੇ ਸਾਡੇ 'ਤੇ ਵੀ ਕਿਰਪਾ ਇਹ ਹੋਈ ਭਾਈ ਮੰਝ ਜੀ ਨੇ ਕਿਰਪਾ ਕਰਵਾਈ ਕਿ ਚਲੋ ਰਹਿਤੀ ਹੀ ਪਾਸ ਹੋ ਜਾਣ ਮੰਝ ਗੁਰੂ ਕਾ ਬੋਹਿਤਾ ਜੱਗ ਲੰਘਣ ਹਾਰਾ ਕਿੱਡੀਆਂ ਬਖਸ਼ਿਸ਼ਾਂ ਕੀਤੀਆਂ ਸੋ ਕੱਲ੍ਹ ਨੂੰ ਵਿਚਾਰ ਇੱਥੋਂ ਸ਼ੁਰੂ ਹੋਵੇਗੀ ਆਓ ਜਿਹੜੇ ਨਹੀਂ ਹੁਣ ਤੱਕ ਬੋਲੇ ਉਹ ਸਮਾਪਤੀ ਦੇ ਵਿੱਚ ਜੋ ਗੁਸਤੋਤਰ ਪੜ੍ਹਿਆ ਜਾਂਦਾ ਹੈ ਇਹਦੇ ਵਿੱਚ ਰਸਨਾ ਜ਼ਰੂਰ ਪਵਿੱਤਰ ਕਰਨਾ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਸਾਹਿਬ ਜੀ ਧੰਨ ਹੈ ਪ੍ਰਤਾਪ ਜੀ ਤੱਕ
ਵਾਹਿਗੁਰੂ ਵਾਹਿਗੁਰੂ
Oh,